ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਤੁਹਾਨੂੰ ਅੱਜ ਦੱਸਦੇ ਹਾਂ ਤੁਸੀਂ ਆਪਣਾ ਆਨਲਾਈਨ ਲਾਇਸੈਂਸ ਕਿਵੇਂ ਬਣਾ ਸਕਦੇ ਹੋ। ਇਹਦੇ ਲਈ ਤੁਹਾਨੂੰ RTO ਵੀ ਜਾਣ ਦੀ ਜ਼ਰੂਰਤ ਨਹੀਂ ਪੈਣੀ, ਘਰ ਬੈਠੇ ਹੀ ਟੈਸਟ ਦੇਣਾ, ਘਰ ਬੈਠੇ ਹੀ ਫੀਸ ਭਰਨੀ ਆ, ਸਿਰਫ ਘਰ ਬੈਠੇ ਸਾਰਾ ਕੁਛ ਕਰ ਸਕਦੇ ਹੋ। ਤੁਹਾਨੂੰ ਦੱਸਦੇ ਹਾਂ ਇਹ ਫੀਸ ਕਿਵੇਂ ਭਰਨੀ ਆ, ਲਾਇਸੈਂਸ ਕਿਵੇਂ ਅਪਲਾਈ ਕਰਨਾ, ਆਪ ਦੇਖਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਕੋਈ ਵੀ ਬਰਾਊਜ਼ਰ ਓਪਨ ਕਰਕੇ ਉੱਥੇ ਗੂਗਲ ਦੇ ਵਿੱਚ ਜਾ ਕੇ ਪ੍ਰਵਾਨ ਸਰਚ ਕਰਨਾ, ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉੱਥੇ ਜਾ ਕੇ ਤੁਸੀਂ ਪ੍ਰਵਾਨ ਸਰਚ ਕਰੋਗੇ ਅਤੇ ਫਿਰ ਆਨਲਾਈਨ ਸਰਵਿਸ ਦੇ ਵਿੱਚ ਡਰਾਈਵਿੰਗ ਲਾਇਸੈਂਸ 'ਤੇ ਕਲਿੱਕ ਕਰ ਦੇਣਾ। ਇੱਥੇ ਸਟੇਟ ਸਿਲੈਕਟ ਕਰ ਲੈਣੀ ਹੈ, ਜਿੱਦਾਂ ਮੈਂ ਹੁਣ ਪੰਜਾਬ ਸਿਲੈਕਟ ਕਰ ਰਿਹਾ। ਇੱਥੇ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਕੋਲ ਇਹ ਪੋਰਟਲ ਓਪਨ ਹੋ ਜਾਏਗਾ, ਜਿੱਥੇ ਪਹਿਲੇ ਨੰਬਰ 'ਤੇ ਆਪਸ਼ਨ ਆਉਂਦੀ ਆ ਅਪਲਾਈ ਲਰਨਿੰਗ ਲਾਇਸੈਂਸ, ਇਹਦੇ 'ਤੇ ਕਲਿੱਕ ਕਰਨਾ ਤੁਸੀਂ। ਜਦੋਂ ਕਲਿੱਕ ਕਰੋਗੇ ਆਪਸ਼ਨ ਆ ਜੀ, ਇਹਦੇ ਵਿੱਚ ਸਾਰੀ ਡਿਟੇਲ ਪਾਈ ਹੋਈ ਹੈ ਕੀ ਆਪਾਂ ਨੂੰ ਡਾਕੂਮੈਂਟ ਚਾਹੀਦੇ ਨੇ ਇਹਦੇ ਲਈ, ਸਾਰੀ ਡਿਟੇਲ ਇੱਥੇ ਹੈਗੀ ਆ। ਇੱਥੇ ਆਪਾਂ ਜਰਨਲ ਕਰਕੇ ਅਤੇ ਇੱਥੋਂ ਆਪਾਂ ਸਿਲੈਕਟ ਕਰਨਾ ਵੀ ਆਪਣਾ ਜਿਹੜਾ RTO ਹੈਗਾ ਨੇੜੇ ਦਾ, ਕੋਈ ਵੀ RTO ਉਹ ਸਿਲੈਕਟ ਕਰ ਲਓ ਜਿਹੜਾ ਤੁਹਾਡਾ RTO ਲੱਗਦਾ ਹੈਗਾ। ਜਿੱਦਾਂ ਮੈਂ ਬਰਨਾਲਾ ਸਿਲੈਕਟ ਕੀਤਾ, ਇਹਨਾਂ ਵਿੱਚੋਂ ਤੁਸੀਂ ਕੋਈ ਸਿਲੈਕਟ ਨਹੀਂ ਕਰਨਾ, ਇਹ ਸੇਵਾ ਕੇਂਦਰ ਹੁੰਦੇ ਨੇ, ਇਹਨਾਂ 'ਚੋਂ ਇਹਨਾਂ ਨੂੰ ਫੀਸ ਕੱਟੀ ਜਾਂਦੀ ਆ। ਫਿਰ ਇਹਦੀ ਇਸ ਤੋਂ ਬਾਅਦ ਆ ਸਬਮਿਟ ਬਾਏ ਆਧਾਰ ਨਾਲ ਕਲਿੱਕ ਕਰਨ ਤੋਂ ਬਾਅਦ ਓਕੇ ਕਰਕੇ ਡਨ ਕਰ ਦੇਣਾ। ਤੁਹਾਡਾ ਮੋਬਾਈਲ ਨੰਬਰ ਅਟੈਚ ਹੋਣਾ ਜ਼ਰੂਰੀ ਆ ਜੇ ਤੁਸੀਂ ਔਨਲਾਈਨ ਅਪਲਾਈ ਕਰਨਾ ਹੈਗਾ। ਇਦੋਂ ਬਾਅਦ ਪੰਜਾਬ ਸਿਲੈਕਟ ਸਟੇਟ ਆ, ਉਦੋਂ ਬਾਅਦ ਆਧਾਰ ਨੰਬਰ 'ਤੇ ਕਲਿੱਕ, ਆਧਾਰ ਨੰਬਰ 'ਤੇ ਹੈ ਨਾ ਕਲਿੱਕ ਕਰਕੇ ਆਪਣਾ ਆਧਾਰ ਨੰਬਰ ਪਾ ਦੇਣਾ ਅਤੇ ਜਰਨੇਟ OTP 'ਤੇ ਕਲਿੱਕ ਕਰ ਦੇਣਾ। ਜਦੋਂ ਜਰਨੇਟ OTP 'ਤੇ ਕਲਿੱਕ ਕਰੋਗੇ ਤੁਹਾਡੇ ਫੋਨ 'ਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਲਾਸਟ ਡਿਜਿਟ ਆ ਗਏ 4, ਉਹਦੇ 'ਤੇ ਤੁਹਾਡਾ OTP ਗਿਆ, ਉਹ OTP ਇਹਦੇ 'ਤੇ ਐਂਟਰ ਕਰ ਦੇਣਾ। ਜਦੋਂ ਐਂਟਰ ਕਰੋਗੇ ਇਹ ਡਨ ਹੋ ਜਾਣਾ ਅਤੇ ਆਹ ਸਾਰੀਆਂ ਜਿਹੜੀਆਂ 3 ਨੇ ਨੀਚੇ ਵਾਲੇ ਹੈ ਨਾ, ਇਹਨਾਂ ਨੂੰ ਟਿੱਕ ਕਰ ਦੇਣਾ। ਇਹ ਕੰਡੀਸ਼ਨਸ ਹੁੰਦੀਆਂ ਨੇ, ਤੁਸੀਂ ਪੜ੍ਹ ਸਕਦੇ ਹੋ KYC ਕਰਾ ਰਹੇ ਹਾਂ ਵੀ ਹਾਂ ਆਪਣੇ ਆਧਾਰ ਕਾਰਡ ਨਾਲ ਅਸੀਂ ਲਾਇਸੈਂਸ ਲਈ KYC ਕਰਵਾ ਰਹੇ ਹਾਂ। ਇਹ ਆਪਣੇ ਕਿੰਨੀ ਇੱਕ ਅੱਗੇ ਹੀ ਹੁੰਦੀ ਹੈ, ਬਸ ਇਹ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ। ਸਬਮਿਟ ਕਰਕੇ ਅਤੇ ਜਦੋਂ ਇਹ ਤੁਹਾਡਾ ਕਲੀਅਰ ਹੋ ਗਿਆ OTP, ਮਤਲਬ ਤੁਸੀਂ ਸਹੀ ਪਾਇਆ ਹੋਇਆ, ਤਾਂ ਆਟੋਮੈਟਿਕਲੀ ਤੁਹਾਡੀ ਫੋਟੋ ਚੱਕ ਲਏਗਾ ਤਾਂ ਡਿਟੇਲ ਤੁਹਾਡੀ ਜਿਹੜੀ ਆਧਾਰ ਕਾਰਡ 'ਤੇ ਹੈ ਪੂਰੀ ਡਿਟੇਲ ਇੱਥੇ ਆਟੋਮੈਟਿਕਲੀ ਆ ਜਾਏਗੀ। ਅਤੇ ਇਦੋਂ ਬਾਅਦ ਇਹ ਚੈੱਕ ਕਰਕੇ ਪ੍ਰੋਸੀਡ ਕਰ ਦੇਣਾ। ਪ੍ਰੋਸੀਡ ਕਰਨ ਤੋਂ ਬਾਅਦ ਲਾਇਸੈਂਸ ਤੁਹਾਡਾ ਐਪਲੀਕੇਸ਼ਨ ਜਰਨੇਟ ਹੋ ਜੂਗੀ ਅਤੇ ਇਦੋਂ ਬਾਅਦ ਸਾਰੀ ਡਿਟੇਲ ਭਰਨੀ ਹੈ ਜਿਹੜੀ ਬਾਕੀ ਰਹਿੰਦੀ ਹੈ, ਜਿੱਦਾਂ ਇਹਦੇ ਵਿੱਚ ਡੇਟ ਆਫ ਬਰਥ ਪਲੱਸ ਜਿਹੜੀਆਂ ਹੋਰ ਡਿਟੇਲ ਆ ਉਹ ਆਟੋਮੈਟਿਕਲੀ ਪਿੱਕ ਕਰ ਲਈਆਂ, ਅਤੇ ਬਰਥ ਪਲੇਸ ਚਾਹੀਦੀ ਆ, ਅਤੇ ਆਪਾਂ ਨੂੰ ਇਸ ਤੋਂ ਇਲਾਵਾ ਆਪਣਾ ਬਲੱਡ ਗਰੁੱਪ ਕੀ ਆ ਉਹ ਚਾਹੀਦਾ ਹੈਗਾ। ਅਤੇ ਇਦੋਂ ਬਾਅਦ ਜਿਹੜੇ ਆਪਣੇ ਆ, ਇਦੋਂ ਬਾਅਦ ਨਾ ਜ਼ਰੂਰ ਧਿਆਨ ਨਾਲ ਦੇਖ ਲਿਓ ਜਿਹੜੇ ਮੋਟਰਸਾਈਕਲ ਵਿਦ ਗੇਅਰ ਇਹ ਸਿਲੈਕਟ ਕਰ ਲਿਓ। ਕਈ ਵਾਰੀ ਮੋਟਰਸਾਈਕਲ ਵਿਦਆਊਟ ਗੇਅਰ ਆਪਾਂ ਪਾ ਦਿੰਦੇ ਹਾਂ, ਅਤੇ ਦੋ ਹੀ ਪਾਉਣ ਦੀ ਜ਼ਰੂਰਤ ਆ, ਮੋਟਰਸਾਈਕਲ ਵਿਦ ਗੇਅਰ ਅਤੇ LMV ਲਾਈਟ ਮੋਟਰ ਵਹੀਕਲ, ਮਤਲਬ ਜਿਹੜੀ ਗੱਡੀ ਵਗੈਰਾ ਹੁੰਦੀ ਆ ਉਹ ਇਹਦੇ 'ਚ ਆ ਜਾਂਦੀ ਆ। ਇਦੋਂ ਬਾਅਦ ਆ ਕਰਨ ਤੋਂ ਬਾਅਦ ਨੈਕਸਟ ਕਰਾਂਗੇ, ਇਹ ਇੱਕ ਸੈਲਫ ਡੈਕਲੇਰੇਸ਼ਨ ਫੋਰਮ ਆ, ਇਹਦੇ ਵਿੱਚ ਕਲਿੱਕ ਕਰਨ ਤੋਂ ਬਾਅਦ ਨਾ ਆਪਸ਼ਨ ਆਉਂਦੀਆਂ ਨੇ 3, ਇਹ ਆਪਣੇ ਹੁਣ ਇੱਥੇ ਸਕਰੀਨ ਦੇ ਵਿੱਚ ਰਿਕਾਰਡ ਨਹੀਂ ਹੋਇਆ, ਪਰ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ 3 ਆਪਸ਼ਨ ਆਉਂਦੀਆਂ। ਇਹਦੇ ਵਿੱਚੋਂ ਇਹ ਆਪਣੀ ਮਤਲਬ ਜਿੱਦਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਤੁਹਾਨੂੰ, ਕੋਈ ਹੈ ਨਾ ਬਲਾਈਂਡਨੈਸ ਨਹੀਂ ਆ ਜਾਂ ਕੁਛ ਹੋਰ ਵੀ ਪ੍ਰੋਬਲਮ, 3-4 ਦਿੱਤੇ ਹੋਵੇ, ਇਹਨਾਂ ਵਿੱਚੋਂ ਆਪਾਂ ਸਿਰਫ ਸਾਰਿਆਂ ਨੂੰ ਜਿਹੜਾ ਹੈਗਾ ਯੈਸ ਕਰਨਾ ਹੈਗਾ, ਸੋਰੀ ਨੋ ਕਰਨਾ ਹੈਗਾ, ਅਤੇ ਸਿਰਫ ਇੱਕ ਜਿਹੜੀ ਸੈਕਿੰਡ ਆਪਸ਼ਨ ਆ ਉਹਨੂੰ ਯੈਸ ਕਰਨਾ ਹੈਗਾ। ਉਹ ਕਲਿੱਕ ਕਰਨ ਤੋਂ ਬਾਅਦ ਜਦੋਂ ਡਨ ਕਰੋਗੇ ਤੁਹਾਡਾ ਮਤਲਬ ਮੈਡੀਕਲ ਇੱਥੇ ਹੀ ਆਟੋਮੈਟਿਕਲੀ ਪਿਕਅਪ ਕਰ ਲਏਗਾ। ਜਦੋਂ ਇਹ ਡਨ ਹੋ ਗਿਆ ਤਾਂ ਇਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਡਿਟੇਲ ਦੱਸ ਦਾਂਗਾ। ਉੱਪਰ ਜਾ ਕੇ ਨਾ ਸਾਰੀ ਡਿਟੇਲ ਭਰਨੀ ਆ, ਬਰਥ ਕਿੱਥੇ ਹੋਇਆ ਗਾ ਪਲੱਸ ਇਦੋਂ ਬਿਨਾਂ ਬਲੱਡ ਗਰੁੱਪ ਕੀ ਆ ਤੁਹਾਡਾ, ਇਹ ਸਾਰੀ ਡਿਟੇਲ ਇੱਥੇ ਤੁਹਾਨੂੰ ਫਿਲ ਕਰਨੀ ਪਊਗੀ। ਬਸ ਆਹ ਡਿਟੇਲ ਭਰਨੀ ਆ, ਪਲੇਸ ਆਫ ਬਰਥ ਜਿੱਥੇ ਤੁਹਾਡਾ ਜਨਮ ਹੋਇਆ, ਕੁਆਲੀਫਿਕੇਸ਼ਨ ਤੁਹਾਡੀ ਕੀ ਆ, ਅਤੇ ਗ੍ਰੈਜੂਏਸ਼ਨ ਪਾਤਾ ਅਤੇ ਬਰਥ ਆਫ ਪਲੇਸ ਲਿਖਣੀ ਹੈਗੀ, ਅਤੇ ਕੰਟਰੀ ਤਾਂ ਆਟੋਮੈਟਿਕਲੀ ਪਿੱਕ ਕਰ ਲਈ, ਅਤੇ ਬਲੱਡ ਗਰੁੱਪ ਜੇ ਤੁਹਾਡੇ ਕੋਲ ਹੈ ਬਲੱਡ ਗਰੁੱਪ ਦੀ ਡਿਟੇਲ ਤਾਂ ਪਾ ਦੇਣੀ ਆ, ਨਹੀਂ ਤੁਸੀਂ ਅਨਨੋਨ 'ਤੇ ਕਲਿੱਕ ਕਰ ਦੇਣਾ। ਇੱਥੋਂ ਆਪਣਾ ਮੋਬਾਈਲ ਨੰਬਰ ਅਤੇ ਪਲੱਸ ਮੇਲ ID, ਇੱਕ ਜਿਹੜਾ ਮੋਬਾਈਲ ਨੰਬਰ ਆ ਤੁਹਾਡਾ ਜਿਹੜਾ ਆਧਾਰ ਕਾਰਡ ਨਾਲ ਰਜਿਸਟਰਡ ਆ ਉਹ ਇੱਧਰ ਪਾਉਣਾ ਹੈਗਾ, ਅਤੇ ਇੱਕ ਐਮਰਜੈਂਸੀ ਨੰਬਰ ਜਿਹੜੇ ਕੋਲ ਐਕਸਟਰਾ ਤੁਹਾਡੇ ਕੋਲ ਉਹ ਪਾ ਸਕਦੇ ਹੋ। ਈਮੇਲ ID ਵੀ ਤੁਹਾਡੇ ਕੋਲ ਹੈ ਤਾਂ ਪਾ ਦਿਓ, ਕਿਉਂਕਿ ਇਹਦੇ ਉੱਤੇ ਆਪਾਂ ਨੂੰ ਡਿਟੇਲ ਮਿਲਦੀ ਰਹੇਗੀ। ਕੋਈ ਵੀ ਚੀਜ਼ ਜਿੱਦਾਂ ਕਈ ਵਾਰ ਆਪਣਾ ਮੋਬਾਈਲ ਗੁੰਮ ਹੋ ਜਾਂਦਾ ਤਾਂ ਇੱਕ ਇਹ ਵੇ ਹੋ ਜਾਂਦਾ ਜਿਹਦੇ ਰਾਹੀਂ ਆਪਾਂ ਆਪਣਾ ਲਾਇਸੈਂਸ ਨੂੰ ਓਪਰੇਟ ਕਰ ਸਕਦੇ ਹਾਂ, ਜਾਂ ਕੋਈ ਪ੍ਰੋਬਲਮ ਆ ਜਾਵੇ ਤਾਂ ਇਹਦੇ ਥਰੂ ਆਪਾਂ ਮੰਗਵਾ ਸਕਦੇ ਹਾਂ, ਜਾਂ ਆਪਾਂ ਨੂੰ ਲਾਇਸੈਂਸ ਨੰਬਰ ਗੁੰਮ ਹੋ ਜਾਵੇ ਤਾਂ ਈਮੇਲ ID ਇੱਕ ਵਧੀਆ ਜ਼ਰੀਆ। ਇਦੋਂ ਬਾਅਦ ਆਈਡੈਂਟੀ ਆ, ਇਹਦੇ ਵਿੱਚ ਤੁਸੀਂ ਕੋਈ ਵੀ ਆਈਡੈਂਟੀ ਮਾਰਕ ਕੁਛ ਵੀ ਲਿਖ ਸਕਦੇ ਹੋ, ਸਕਾਰ ਜਿੱਦਾਂ ਕੋਈ ਦਾਗ ਦਾ ਨਿਸ਼ਾਨ ਆ ਤੁਹਾਡੇ ਜਾਂ ਕੱਟ ਦਾ ਨਿਸ਼ਾਨ ਆ, ਇਹ 2 ਪਾਉਣੇ ਨੇ, ਇਹ ਤੁਸੀਂ ਪਾ ਸਕਦੇ ਹੋ। ਇਹਦੇ ਵਿੱਚ ਨੋਰਮਲ ਹੈ ਤਾਂ ਤੁਸੀਂ ਸਿੱਧਾ ਲਿਖ ਦੇਣਾ ਕੱਟ ਮਾਰਕ ਔਨ ਲੈਫਟ ਫਿੰਗਰ, ਮਤਲਬ ਰਾਈਟ 'ਤੇ ਜਾਂ ਲੈਫਟ 'ਤੇ ਜਿੱਥੇ ਵੀ ਆ। ਸਕਾਰ ਮਾਰਕ ਆ, ਸਕਾਰ ਮਤਲਬ ਕੋਈ ਦਾਗ ਦਾ ਨਿਸ਼ਾਨ ਆ ਉਹ ਲਿਖ ਦੇਣਾ ਗਾ, ਇਹ ਨੋਰਮਲੀ ਹੈ ਆਪਾਂ ਲਿਖ ਸਕਦੇ ਹਾਂ। ਅਤੇ ਆਹ ਡਿਟੇਲ ਭਰਨ ਤੋਂ ਬਾਅਦ ਸਾਰੀ ਆਹ ਟਿੱਕ ਇਸ ਆਹ ਆਪਸ਼ਨ ਨਹੀਂ ਕਲਿੱਕ ਕਰਨੀ,
ट्रेन ड्राइविंग लाइसेंस मतलब तुहाडे कोल कोई ट्रेनड लाइ वो हैगा अपना सर्टिफिकेट हैगा इहनू आपां क्लिक नहीं करना हैगा ते इहदे विच आ सारी डिटेल आ स्ट्रीट आ अपना सब डिस्ट्रिक्ट नहीं सिलेक्ट होंदी कई वार है ना अपना टाउन सिलेक्ट कर लेना टाउन आ तां टाउन सिलेक्ट कर लो नहीं तुसीं विलेज जिहड़ा भी आ जिद्दां मैं सिलेक्ट करन तों बाद डन करता किन्ना टाइम हो गया रेंदे नूं सबमिट करन तों बाद डन कर देना वहीकल क्लास ये आ जिहड़ी है ना इहनां विच तुहानूं मैं पहलां भी दस्सिया हैगा भी एल एम बी का मतलब तो हुंदा भी जिहड़ियां गड्डियां वगैरह हुंदियां ना ते मोटरसाइकिल विद गेयर ये सिलेक्ट कर लेना ये दो चीज़ां ने उदों बाद होर भी पाउणा चाहुंदे हो पर तुहानूं उहनूं दी उत्थे जाके ट्रायल देना पऊगा जे तुसीं होर भी वहीकल ऐड करे है ना ये डन करन तों बाद ओके करता ये सबमिट हो जूगी एप्लीकेशन एप्लीकेशन सबमिट करन तों बाद नैक्सट जो ओपन होएगा पोर्टल उहदे उत्ते तुहाडा एप्लीकेशन नंबर नाम डिटेल सारा कुछ आ जाएगा ये फार्म तुसीं प्रिंट नहीं करना तां एक बार डाउनलोड जरूर कर लो जिदा ये अपलोड तो नहीं होने कि पहला यदि जरूरत पैंती सी आर टी ओ लेके जाने पैंते सी पर फिर भी इन्हों सेव कर लियो जिद एप्लीकेशन नंबर भी सेव कर सकते हो तो डिटेल भी थोड़ी सेव हो जूगी इदा ही इनू पी डी एफ एज ए पी डी एफ सेव कर लेना सेव करन तो बाद जो डन हो गया तो नैक्सट ऑप्शन है जी मैं नैक्सट करन तो बाद उ सिग्नेचर अपलोड करने इतने जिदा अपलोड साइन है ये उत्ते फाइल तुम अपनी पा के साइन अपलोड कर देने सिंपली इदूगा सेव तो सिग्नेचर अमेज तो इदूगा प्रोसीड कर देना नैक्सट सक्सैसफुली जो अपडेट आ गया उदूगा नैक्सट कर देना ये डिटेल सारी आ जाएगी देखो ना तो हमें डाकूमेंट अपलोड करने की पई लोड़ पई तो इदू बाद जी ऑप्शन हैगी ये फी पे करनी है सिर्फ तो इदू बाद जी फीस है 520 रुपये वो पे करनी है उदू बाद जो स्लॉट आ ये भी थोड़ू बुक करन दी लोड़ नहीं क्योंकि तुसी ऑनलाइन प्रोसीड करया गा सिर्फ इदू बाद एक ट्रायल वीडियो देखनी है उनू देखन तो बाद उनू सबमिट कर देना जिहड़ी पूरी वीडियो देखन तो बाद फिर तुसी ओ टेस्ट दे सकते हो टेस्ट लई भी तुहानू मैं दसदा ओ अलग वीडियो बनावांगे जिहदे विच तुहानू दसांगे टेस्ट किवें करना जमा सिंपल तरीका तो उहदे विच तुसी इदां टेस्ट देण तों पहलां पढ़ लियो जां फिर एक मॉक टेस्ट हुंदे ने वो तुसी आप करके देख लियो फिर तुसी क्लीयर कर सकते हो सौखे तरीके नाल टेस्ट ये सिंपल तरीका इहदे नाल तुसी जिद्दां टेस्ट पहला बनाउंदे सी ड्राइविंग लाइसेंस है ना तो करप्शन बहुत सी है ना उहदे विच तुहानू पैसे पे करने पैंदे हुंदे सीगे ज़्यादा मतलब एक्सट्रा हरेक चीज़ लई ते इहदे लई कोई एक्सट्रा पेमेंट नहीं करनी पैनी डायरैक्ट इत्थों तुसी लाइसेंस बना सकते हो सिर्फ कुछ ही पलों के विच है ना तो इहनू डन करन तों बाद तुसी उह वीडियो देख लेनी है वीडियो देखण तों बाद उदू बाद टेस्ट प्रोसीड कर देना टेस्ट की वीडियो भी तुहानू मैं अपलोड कर दूंगा जिहदे विच तुहानू दसांगा भी किवें टेस्ट तुसी प्रोसीड कर सकते हो आ फीस हैगी फीस तुसी आपदे कार्ड तो कटा के ये डन हो जूगा उदू बाद यही एप्लीकेशन नंबर ना तुसी टेस्ट दे देना। तुहानू साडी ये वीडियो किवें लगी जे वधिया लगी तो चैनल नू सबसक्राइब लाइक ते शेयर जरूर कर दिओ धन्यवाद।